ਸਕੂਲ ਦੀਆਂ ਕੁੜੀਆਂ ਅੱਖ ਬਚਾ ਕੇ ਇੱਥੇ ਗਲਤ ਕੰਮ ਕਰਦੀਆਂ ਨੇ ਤੇ ਇੱਥੇ ਨਸ਼ੇ ਦੀ ਤਸਕਰੀ ਹੁੰਦੀ ਹੈ। ਕੌਂਸਲਰ ਦੇ ਪਤੀ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਸ਼ਰਾਰਤੀ ਅਨਸਰਾਂ ਨੇ ਉਸਦੇ ਮੂੰਹ ਤੇ ਜ਼ਹਿਰੀਲੀ ਸਪਰੇਅ ਛਿੜਕ ਦਿੱਤੀ, ਜਿਸ ਤੋਂ ਬਾਅਦ ਮਾਮਲਾ ਭਖ ਗਿਆ। ਪੁਲਿਸ ਮੌਕੇ ਤੇ ਪਹੁੰਚ ਗਈ, ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਕੌਂਸਲਰ ਦੇ ਪਤੀ ਨੇ ਦੱਸਿਆ ਕਿ ਅਜਨਾਲਾ ਪੁਲਿਸ ਨੂੰ ਕਈ ਵਾਰ ਜਾਣਕਾਰੀ ਦਿੱਤੀ ਗਈ ਪਰ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਦੇ ਨੇੜੇ ਇੱਕ ਵਿਅਕਤੀ ਦੇ ਵੱਲੋਂ ਸ਼ਰੇਆਮ ਬਿਨਾਂ ਕਿਸੇ ਡਰ ਤੋਂ ਪਿਛਲੇ ਲੰਮੇ ਸਮੇਂ ਤੋਂ ਦੇਹ ਵਪਾਰ ਅਤੇ ਨਸ਼ੇ ਵੇਚਣ ਦਾ ਧੰਦਾ ਚਲਾਇਆ ਜਾ ਰਿਹਾ। ਇਸ ਸੰਬੰਧੀ ਪੁਲਿਸ ਨੂੰ ਕਈ ਵਾਰ ਜਾਣਕਾਰੀ ਦਿੱਤੀ ਪਰ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ। ਉਹਨਾਂ ਦੱਸਿਆ ਕਿ ਹੁਣ ਰਾਤ ਵੇਲੇ ਉਹਨਾਂ ਦੇ ਘਰ ਦੇ ਨੇੜੇ ਦੋ ਔਰਤਾਂ ਤੇ ਕੁਝ ਵਿਅਕਤੀ ਦਾਖਲ ਹੋਏ, ਜਦੋਂ ਉਹਨਾਂ ਨੇ ਕੁਝ ਬੰਦਿਆਂ ਨੂੰ ਨਾਲ ਲਿਜਾ ਕੇ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਤਾਂ ਉਹਨਾਂ ਨੇ ਹਮਲਾ ਕਰਦੇ ਹੋਏ ਜ਼ਹਿਰੀਲੀ ਸਪਰੇਅ ਉਹਨਾਂ ਦੇ ਮੂੰਹ ਤੇ ਛਿੜਕ ਦਿੱਤੀ ਤੇ ਇੱਕਦਮ ਉਹਨਾਂ ਨੂੰ ਦਿਸਣਾ ਬੰਦ ਹੋ ਗਿਆ ਔਰ ਸਰੀਰ ਦੇ ਉੱਤੇ ਜਲਨ ਮਹਿਸੂਸ ਹੋਣ ਲੱਗੀ। ਉਹਨਾਂ ਦੱਸਿਆ ਕਿ ਇਸ ਜਗ੍ਹਾ ਤੇ ਪਹਿਲਾਂ ਵੀ ਅਜਨਾਲਾ ਦੇ ਨਿੱਜੀ ਸਕੂਲ ਦੀਆਂ ਵਿਦਿਆਰਥਣਾਂ ਅਤੇ ਕੁਝ ਹੋਰ ਲੋਕ ਗਲਤ ਕੰਮ ਕਰਨ ਅਤੇ ਨਸ਼ਾ ਖਰੀਦਣ ਦੇ ਲਈ ਆਉਂਦੇ ਨੇ ਪਰ ਪੁਲਿਸ ਦੇ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ। ਉਹਨਾਂ ਪੁਲਿਸ ਨੂੰ ਤਾੜਨਾ ਕੀਤੀ ਕਿ ਜੇਕਰ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਪਹਿਲਾਂ ਵੀ ਇਸੇ ਤਰ੍ਹਾਂ ਹੀ ਸਮਾਂ ਹੋਣਾ ਤਕਰੀਬਨ ਦੁਪਹਿਰਾਂ ਜਿਹਾ ਦਾ ਸਮਾਂ ਸੀ, ਦੁਪਹਿਰ ਦਾ 10-11 ਵਜੇ ਦਾ ਸਮਾਂ ਸੀ ਤੇ ਸਕੂਲ ਟਾਈਮ ਹਰ ਕ੍ਰਿਸ਼ਨ ਦੇ ਬੱਚੇ, ਦੋ ਲੜਕੀ ਤੇ ਲੜਕਾ, ਇੱਕੇ ਕਲਾਸ ਦੇ ਬੱਚੇ ਸੀ ਦੋਨੋਂ, ਇੱਥੇ ਆਏ ਆ। ਚਲੋ ਸਾਡੇ ਬੱਚਿਆਂ ਨੇ ਜਾਂ ਮੈਨੂੰ ਕਿਤੇ ਨਾ ਕਿਤੇ ਪਤਾ ਲੱਗਾ ਵੀ ਉੱਥੇ ਗਲਤ ਕੰਮ ਹੋ ਰਿਹਾ, ਬੱਚੇ ਉਹਦੇ ਅੰਦਰ ਵੜੇ ਆ। ਮੈਂ ਛੇਤੀ ਉਸੇ ਤਰ੍ਹਾਂ ਹੀ ਮੈਂ ਛੇਤੀ ਰੋਟੀ ਛੱਡ ਕੇ ਮੈਂ ਭੱਜਾਂ ਗੱਡੀ ਲੈ ਕੇ ਇੱਥੇ ਆਇਆ। ਇਹਨਾਂ ਨੂੰ ਆਪਣੇ ਮੇਰੇ ਜਿਹੜੇ MC ਸਾਹਿਬ ਨੇ ਇਹਨਾਂ ਨੂੰ ਮੈਂ ਕਾਲ ਕੀਤੀ ਕਿ ਜਲਦੀ ਆਓ ਮੇਰੇ ਕੋਲ, ਜਲਦੀ ਪਹੁੰਚੋ ਇੱਥੇ। ਇਹ ਵੀ ਬਾਜ਼ਾਰ ਜਾਣ ਮੇਰੇ ਸਾਹਮਣੇ ਨਿਕਲਿਆ, ਉਸੇ ਵੇਲੇ ਮੇਰੇ ਕੋਲ ਆ ਗਿਆ। ਅਸੀਂ ਇੱਥੇ ਸਾਹਮਣੇ ਇਸੇ ਇਹਦੇ ਸਾਹਮਣੇ ਮੈਂ ਗੱਡੀ ਖਿਲਾ ਕੇ ਡੰਡਾ ਰਾਹੀਂ ਖਲੋ ਗਿਆ। ਅਸੀਂ ਕਿਸੇ ਨੂੰ ਨਿਕਲ ਨਹੀਂ ਦਿੱਤਾ, ਅਸੀਂ ਇੱਕ ਜੋੜੀ ਦਾ ਪਤਾ ਲੱਗਾ ਸੀ ਵੀ ਲੜਕੀ ਅਤੇ ਲੜਕਾ ਅੰਦਰ ਵੜਿਆ ਗਿਆ। ਮੈਂ ਗਿਆ ਅੰਦਰ, ਇਹਨਾਂ ਨੂੰ ਮੈਂ ਕੈਮਰਾ ਫੜਾਇਆ ਆਪਣਾ ਫੋਨ ਕਿ ਤੁਸੀਂ ਮੇਰੀ ਵੀਡੀਓ ਬਣਾਓ, ਮੈਂ ਅੰਦਰ ਚੱਲਿਆ। ਅੰਦਰ ਜਾ ਕੇ ਉਹ ਸਾਹਮਣੇ ਕਮਰਾ ਇੱਕ, ਉੱਥੇ ਜਾ ਕੇ ਚੈੱਕ ਕੀਤਾ, ਅੰਦਰ ਵਾਜਾਂ ਉਹਨੇ ਕੁੰਡੀ ਲੱਗੀ ਹੈ। ਠੀਕ ਹੈ ਜੀ, ਮੈਂ ਬਾਹਰੋਂ ਕੁੰਡੀ ਲਾ ਕੇ ਆ ਗਿਆ। ਉਸ ਤੋਂ ਉਪਰੰਤ ਮੈਂ ਉੱਪਰ ਗਿਆ, ਵੀਡੀਓ ਨਾਲ ਮੇਰੀ ਬਣਦੀ ਗਈ, ਮੈਂ ਉੱਪਰ ਗਿਆ। ਲੜਕੀ ਨੂੰ ਪੁੱਛਿਆ ਜਾ ਕੇ, ਲੜਕੀ ਕਹਿੰਦੀ ਮੈਂ ਉਹਨੂੰ ਪੁੱਛਿਆ ਵੀ ਕੋਈ ਕੁੜੀ ਮੁੰਡਾ ਇੱਥੇ ਆਇਆ, ਕਹਿੰਦੀ ਹਾਂ ਆਇਆ ਇਸ ਕਮਰੇ 'ਚ। ਮੈਂ ਉੱਥੇ ਬਿਲਕੁਲ ਉਸ ਟਾਈਮ 'ਤੇ ਇੰਨਾ ਦੰਗ ਰਹਿ ਗਿਆ ਵੀ ਮੈਂ ਇੱਕ ਤਾਂ ਸਾਨੂੰ ਪਤਾ ਲੱਗਾ ਸੀ ਇੱਕ ਥੱਲੇ ਆ ਅਤੇ ਇੱਕ ਉੱਤੇ। ਜੇ ਤਾਂ ਅਸੀਂ ਉਹ ਬੱਚਾ ਕਿੰਨੀ ਕੁ ਉਮਰ ਦਾ ਹੈਗਾ, ਸਮਥਿੰਗ ਮੇਰੇ ਕੋਲ ਲੱਗਦਾ ਵੀ 15 ਜਾਂ 16 ਸਾਲ ਦਾ ਲੜਕਾ ਸੀ ਅਤੇ 16 ਸਾਲ ਦੀ ਲੜਕੀ ਸੀ। ਅਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ, ਚਲੋ 15-20 ਮਿੰਟਾਂ ਬਾਅਦ ਪੁਲਿਸ ਆਈ ਹੈ, ਕੋਈ ਸੀਨੀਅਰ ਮੋਸਟ ਨਹੀਂ ਆਇਆ, ਸੀਨੀਅਰ ਮੋਸਟ ਨਹੀਂ ਆਇਆ, ਚਲੋ ਇੱਕ ਹੌਲਦਾਰ ਲੈਵਲ ਦੇ ਜਾਂ ਮੁਨਸ਼ੀ ਆਇਆ, ਇਸ ਲੈਵਲ ਦੇ ਆਏ ਨੇ ਉਹਨਾਂ ਸਾਨੂੰ ਨਾ, ਅਸੀਂ ਉਹਨਾਂ ਨੂੰ ਚਪੇੜ ਵੀ ਨਹੀਂ ਮਾਰੀ, ਨਾ ਦੋਨਾਂ ਮੁੰਡੇ ਕੁੜੀਆਂ ਨੂੰ ਅਸੀਂ ਕਿਸੇ ਨੂੰ ਕੁਛ ਨਹੀਂ ਕਿਹਾ। ਠੀਕ ਹੈ, ਅਸੀਂ ਉਹਨਾਂ ਨੂੰ ਬਰਾਮਦ ਕਰਾਇਆ, ਉਹਨਾਂ ਨੂੰ ਸਾਨੂੰ ਉਹਨਾਂ ਨੇ ਵਿਸ਼ਵਾਸ ਦਵਾਇਆ। ਅਸੀਂ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਵੀ ਸਾਡਾ ਇਹ ਪਿੱਛੇ ਤੁਸੀਂ, ਮੈਂ ਤੁਹਾਨੂੰ ਆਪਣੇ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਕਰਾਂਗਾ, ਪਿੱਛੇ ਚੈੱਕ ਕਰੋ, ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਸਾਡਾ ਗੇਟ ਹੈ। ਸਾਡੀਆਂ ਧੀਆਂ ਭੈਣਾਂ ਨੇ ਰਾਤ ਨੂੰ ਇੱਥੋਂ ਜਾਣਾ ਹੁੰਦਾ, ਸਵੇਰੇ ਸ਼ਾਮ ਸਾਡੇ ਪਰਿਵਾਰ ਜਾਂਦੇ ਨੇ ਗੁਰਦੁਆਰਾ। ਹੁਣ ਘਟਨਾ ਜੀ ਹੋਣੀ, ਮੈਂ ਘਰ ਰੋਟੀ ਖਾ ਰਿਹਾ, ਮੈਨੂੰ ਅਚਾਨਕ ਇੱਥੋਂ ਮੈਨੂੰ ਫੋਨ ਗਿਆ ਕਿ ਸਾਡੇ MC ਸਾਹਿਬ ਦੇ ਅੱਖਾਂ 'ਚ ਸਪਰੇਅ ਪਾ ਦਿੱਤੀ ਆ, ਸਿਰ 'ਤੇ ਸੱਟ ਲਾ ਦਿੱਤੀ ਆ। ਮੈਂ ਸ਼ੇਸ਼ੇ ਦੀ ਇਹਨਾਂ ਦੀ ਬਹੁਤ ਬੁਰੀ ਹਾਲਤ ਸੀ, ਅਸੀਂ ਪਾਣੀ ਪੂਣੀ ਮੰਗਾਇਆ, ਸ਼ੇਸ਼ੇ ਦੀ ਪਾਣੀ ਇਹਨਾਂ ਛੱਟੇ ਮਾਰਨੇ ਉਦੋਂ ਦੇ, ਅਸੀਂ ਘੱਟੋ ਘੱਟ 10 ਕੈਂਪਰ ਇਹਨਾਂ ਦੇ ਉੱਤੇ ਮੂੰਹ ਦੇ ਮਾਰਦੇ ਆ ਪਾਣੀ ਦੇ ਉੱਤੇ। ਅਸੀਂ ਅੰਦਰ ਵੇਖਿਆ ਉਹ ਲੜਕਾ ਇੱਕ ਫੜਿਆ ਸੀ ਮੁੰਡਿਆਂ ਨੇ ਜਿਹੜਾ, ਉਸ ਤੋਂ ਬਾਅਦ ਆਉਂਦੀ ਕੁੜੀਆਂ ਵੀ ਹੈਗੀਆਂ, ਅਸੀਂ ਸਾਰਾ ਫੋੜ ਲਿਆ, ਸਾਨੂੰ ਕੁੜੀਆਂ ਲੱਭੀਆਂ ਨੇ, ਕੁੜੀਆਂ ਚੜ੍ਹ ਕੇ ਆਉਂਦੀ ਪਿੱਛੇ ਜਾ ਕੇ ਉੱਤੇ ਮਗਰ ਜਾ ਕੇ ਲੁਕੀਆਂ ਸੀ, ਉੱਥੋਂ ਜਾ ਕੇ ਬਰਾਮਦ ਕਰਕੇ ਹੁਣ SHO ਸਾਹਿਬ ਆਏ ਸੀ ਅਤੇ ਉਹਨਾਂ ਨੂੰ ਦੋ ਲੜਕੀਆਂ ਇੱਕ ਲੜਕਾ ਉਹਨਾਂ ਦੇ ਮੰਗ ਕਰਦੇ। ਅਸੀਂ ਇਹੋ ਬੇਨਤੀ ਕਰਦੇ ਹਾਂ ਵੀ ਇਹ ਇੱਥੋਂ ਗੰਦ ਨਿਕਲਣਾ ਚਾਹੀਦਾ।
ਸਾਡੇ KMC ਸਾਹਿਬ ਨੇ, ਸਾਡੇ ਮਾਲ ਸਾਹਿਬ ਨੇ, ਸਾਡੇ ਬਹੁਤ ਸਤਿਕਾਰਯੋਗ ਨੇ। ਮੈਂ ਰਾਤੀ ਇਹਨਾਂ ਨੂੰ ਬੇਨਤੀ, ਇਹ ਘਟਨਾ ਹੋਣੀ ਹੀ ਹੈ ਨਾ, ਰਾਤੀ ਇਹ ਮਾਲ ਸਾਹਿਬ ਮੇਰੇ ਕੋਲ ਖਲੋਤੇ ਨੇ, ਰਾਤੀ ਵੀ ਸ਼ਾਮਾਂ ਦਾ ਟਾਈਮ ਸੀ, ਉਦੋਂ ਗੁਰਦੁਆਰਾ ਸਾਹਿਬ ਦਾ ਟਾਈਮ ਸੀ, ਇੱਥੇ ਚਾਰ ਸਮੈਕੇ ਬੈਠੇ। ਮੈਂ ਉਹਨਾਂ ਨੂੰ ਕਿਹਾ, ਮੈਂ ਯਾਰ ਇੱਦਾਂ ਨਾ ਕਰੋ, ਸਾਡੇ ਪਰਿਵਾਰਾਂ ਨੇ ਜਾਣਾ। ਫਿਰ ਮੈਂ ਮਾਲ ਸਾਹਿਬ ਨੂੰ ਬੇਨਤੀ ਕੀਤੀ ਕਿ ਮਾਲ ਸਾਹਿਬ ਆਪਾਂ ਕੋਈ ਕਰੀਏ, ਕੋਈ ਕਮੇਟੀ ਬਣਾਈਏ ਯਾਰ, ਇਹਨਾਂ ਨੂੰ ਡੱਕੀ ਹੱਥ ਬਲਾ ਜੋੜੀਏ, ਇਹਨਾਂ ਦੇ ਪਰਿਵਾਰਾਂ ਨੂੰ ਸੱਦ ਕੇ ਕਹੀਏ ਵੀ ਯਾਰ ਇੱਦਾਂ ਨਾ ਕਰੋ। ਤੁਸੀਂ ਕੀ ਮੰਨਦੇ ਹੋ ਇੰਨੇ ਚਿਰ ਤੋਂ ਤੁਸੀਂ ਜਿਹੜੀ ਮੰਗ ਰੱਖਦੇ ਹੋ, ਜਿਸ ਤਰੀਕੇ ਨਾਲ ਘਟਨਾ ਕੀ ਕਰ ਰਹੇ ਹੋ, ਫਿਰ ਵੀ ਇਹ ਕੰਮ ਚੱਲ ਰਿਹਾ? ਅਸੀਂ ਮਤਲਬ ਪਰੇਸ਼ਾਨ ਹੈ ਗੱਲ ਤੋਂ ਵੀ ਪ੍ਰਸ਼ਾਸਨ ਕਿਉਂ ਨਹੀਂ ਐਕਸ਼ਨ ਲੈਂਦਾ। ਅਸੀਂ ਉਦਣ ਵੀ ਇਹ ਗੱਲ ਕਹੀ ਵੀ ਸ਼ਾਇਦ ਪ੍ਰਸ਼ਾਸਨ ਹਰਜੀਤ ਮੰਨ ਲਓ ਠੀਕ ਹੈ ਉਹਦਾ ਇਹ ਕਰ ਰਿਹਾ, ਅਸੀਂ ਉਹਨੂੰ ਕਹਿੰਦੇ, ਉਹ ਕਹਿੰਦਾ ਮੈਂ ਕਿਰਾਏ ਤੇ ਦਿੱਤਾ, ਮੈਂ ਕਿਰਾਏ ਦਿੱਤਾ ਗੌਰਮੈਂਟ ਵੱਲੋਂ ਮਨਜ਼ੂਰ ਸ਼ੁਦਾ ਹੈ। ਉਹ ਕਹਿੰਦਾ ਜੀ ਗੌਰਮੈਂਟ ਵੱਲੋਂ ਮਨਜ਼ੂਰ ਹੈ ਸਾਰਾ ਕੁਛ, ਮੈਂ ਕਰ ਸਕਦਾ ਸਾਰਾ ਕੁਛ, ਰੈਪ ਹੁੰਦਾ ਇੱਕ ਪੂਰਾ, ਰੈਪ ਦਾ ਨਵਾਂ ਰੋਲ, ਇੱਕ ਖਾਲੀ ਰੋਲ, ਪਲੱਸ ਦਸਾਂ ਦਸਾਂ ਦੇ ਨੋਟ ਜਿਹੜੇ ਅੱਗੋਂ ਸੜੇ ਹੋਏ, ਤੁਸੀਂ ਤੁਹਾਨੂੰ ਵੀਡੀਓ ਮਿਲ ਗਈ ਹੈਗੀ, ਉਹ ਸੜੇ ਹੋਏ ਨੋਟ ਨੇ, ਪਲੱਸ ਲਾਈਟਰ ਨੇ, ਮੈਂ 4-5 ਲਾਈਟਰ ਹੈਗੇ ਆ। ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਅਗਲਾ ਸਟੈਪ ਕੀ ਹੋਏਗਾ ਤੁਹਾਡਾ? ਉਸ ਤੋਂ ਬਾਅਦ ਸਾਰਿਆਂ ਦੇ ਨਾਲ ਸਲਾਹ ਕਰਕੇ ਅਸੀਂ SHO ਸਾਹਿਬ ਨੂੰ ਬੇਨਤੀ ਕੀਤੀ ਵੀ ਕਾਰਵਾਈ ਕਰੋ, ਨਹੀਂ ਕਰਨਗੇ ਤੇ ਬਾਕੀ ਜਿੱਦਾਂ ਸਲਾਹ ਕਰਕੇ ਸਾਰੇ ਸੀਨੀਅਰ ਮੋਸਟ ਨਾਲ ਤੇ ਜੋ ਅਗਲੀ ਕਾਰਵਾਈ ਬਣਦੀ ਅਸੀਂ ਕਰਾਂਗੇ। ਕੀ ਗੱਲਬਾਤ ਹੋਈ ਹੈ ਜੀ? ਮੇਰਾ ਨਾਮ ਸ਼ਿਵਦੀਪ ਸਿੰਘ ਚਾਹਲ ਆ, ਵਾਰਡ ਨੰਬਰ 8 ਤੋਂ, ਐਡਮਿਨਿਸਟ੍ਰੇਟਿਵ ਕੌਂਸਲਰ ਆ ਵਾਰਡ ਨੰਬਰ 8 ਤੋਂ। ਸਾਡਾ ਅੱਜ ਇਹ ਤੁਹਾਨੂੰ ਪਹਿਲਾਂ ਵੀ ਪਤਾ, ਮੀਡੀਆ ਸਾਰਾ ਹੋਣਾ ਆ ਵੀ ਜਿੱਥੇ ਹਰਜੀਤ ਮੋਟਰਾਂ ਵਾਲੇ ਦੀ ਆਹ ਇੱਥੇ ਗੋਦਾਮ ਆ, ਜੋ ਪਹਿਲਾਂ ਵੀ 2 ਵਾਰੀ ਜਾਂ ਆਣ ਕੇ ਇੱਥੇ ਪਰਚੇ ਹੋਏ ਆ, ਨਜਾਇਜ਼ ਧੰਦੇ ਚੱਲਦੇ ਸੀ, ਅੱਜ ਫਿਰ ਵੀ ਅਸੀਂ ਵਾਰ ਵਾਰ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਵੀ, ਅੱਜ ਤੋਂ 15-20 ਦਿਨ ਪਹਿਲਾਂ ਇੱਥੇ ਨਾਬਾਲਗ ਲੜਕੀਆਂ ਸਕੂਲ ਦੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ ਵੀ ਇੱਥੇ ਇਹਨੂੰ ਬੰਦ ਕੀਤਾ ਜਾਵੇ, ਪਰ ਪੁਲਿਸ ਦੇ ਜੂੰ ਤੇ ਨਹੀਂ ਸੜਕੀ, ਉਹਨਾਂ ਨੇ ਹੀ ਬੰਦ ਕੀਤਾ। ਅੱਜ ਕੀ ਹੋਇਆ, ਫਿਰ ਇੱਥੇ ਹੁਣ ਹੈਰੋਇਨ ਵਿਕਣੀ ਸ਼ੁਰੂ ਹੋ ਗਈ, ਲਗਾਤਾਰ ਹੈਰੋਇਨ ਵਿਕਣੀ ਸ਼ੁਰੂ ਹੋ ਗਈ। ਅੱਜ 2 ਲੜਕੀਆਂ ਜਿਹੜੀਆਂ ਸੀ ਰਕਸ਼ੇ ਦੇ ਉੱਤੇ ਆ ਰਹੀਆਂ ਸੀ, ਛੋਟੀ ਨਾਬਾਲਗ, ਫਿਰ ਅੰਦਰ ਜਾ ਰਹੀਆਂ, ਮੈਂ ਮੇਰਾ ਗਵਾਂਢੀ ਫੌਜੀ ਸਾਹਿਬ, ਅਸੀਂ ਦੋਵਾਂ ਨੇ ਕਿਹਾ ਵੀ ਕੀ ਹੋ ਰਿਹਾ, ਤੁਸੀਂ ਕਿਉਂ ਇੱਥੇ ਇਹ ਕਰ ਰਹੇ ਹੋ ਸਮੈਕ? ਉਹ ਕਹਿੰਦੇ ਅਸੀਂ ਤੇ ਹਰਜੀਤ ਕੋਲ ਲਿਆ, ਅਸੀਂ ਤੇ ਸ਼ਰੇਆਮ ਕਿਰਾਇਆ ਦਿੰਦੇ ਹਾਂ ਉਹਨੂੰ, 30,000 ਰੁਪਇਆ ਮਹੀਨਾ ਮਿੱਥਿਆ, ਅਸੀਂ ਤੇ ਉਹਨੂੰ ਸ਼ਰੇਆਮ ਹੀ ਅਸੀਂ ਹੀਰੋਇਨ ਵੇਚਣੀ ਆ। ਅਸੀਂ ਕਿਹਾ ਵੀ ਨਹੀਂ, ਅਸੀਂ ਆਪਣੇ ਮੁਹੱਲੇ ਚ ਵੇਚਣ ਨਹੀਂ, ਅਸੀਂ ਕੌਂਸਲਰ ਆ, ਲੋਕਾਂ ਚੁਣੇ ਨੁਮਾਇੰਦੇ ਆ, ਇੱਥੇ ਨੰਬਰ 6, 7, 8, 9 4 ਵਾਰਡਾਂ ਦੀ ਇਹ ਵਾਰਡ ਆ, ਪਹਿਲਾਂ ਤੁਹਾਨੂੰ ਮੈਂ ਇਹ ਦੱਸਦਾ, 4 ਵਾਰਡਾਂ ਦਾ ਇਹ ਮੁਹੱਲਾ ਆ। ਫਿਰ ਕੀ ਹੋਇਆ, ਉੱਥੋਂ ਨਿਕਲੇ ਸਾਡੇ ਨਾਲ ਹੱਥੋਂ ਪਾਈ ਹੋਇਆ, ਇੱਕ ਕਰੀਨ ਸ਼ੇਪ ਮੈਨ ਉਹਨੂੰ ਜਾਂਦਾ ਕੌਣ ਸੀ, ਪੰਡਿਤ ਜਿਹਾ ਲੱਗਦਾ ਸੀ, ਉਹਨੇ ਸਾਡੇ ਜੋ ਹੱਥੋਪਾਈ ਕੀਤੀ, ਉਹਨੇ ਸਪਰੇ ਇੱਦਾਂ ਦੀ ਮਾਰੀ ਸਾਡੇ, ਮੇਰੇ ਤੇ ਫੌਜੀ ਸਾਹਿਬ ਦੀ ਅੱਖਾਂ ਦੇ, ਸਾਨੂੰ ਕੁਛ ਸਮਝ ਨਹੀਂ ਆਈ, ਅਸੀਂ ਜ਼ਮੀਨ ਤੇ ਡਿੱਗ ਪਏ, ਜਿਉਂ ਮਾਰਨ ਬਾਕੀ ਜਿਹੜੇ ਸਾਨੂੰ ਮਾਰਨਾ ਸ਼ੁਰੂ ਕਰਤਾ, ਫਿਰ ਇਹ ਵੀ ਮੁਹੱਲੇ ਵਾਲੇ ਮੁੰਡੇ ਤਗੜੇ ਹੋ ਗਏ, ਪਏ ਉਹਨਾਂ ਨੂੰ ਭਜਾਇਆ ਵੀ ਇੱਕ ਮੇਰੇ ਤੇ ਫੌਜੀ ਸਾਹਿਬ ਦੇ ਬੰਦੇ ਹੱਥ ਜਿਹੜੇ ਅਸੀਂ ਤੋਂ ਹੱਥ ਫੜਿਆ, ਉਹਨੂੰ ਅਸੀਂ ਛੱਡਿਆ ਨਹੀਂ ਸੀ, ਸਾਡੀਆਂ ਜੋ ਵੀ ਅੱਖਾਂ ਦੇ ਜਲਨ ਹੋਈ ਸਾਨੂੰ ਅਸੀਂ ਪ੍ਰਵਾਹ ਨਹੀਂ, ਉਹ ਇੱਦਾਂ ਦੀ ਵੀ ਜਲਨ ਜਿੱਦਾਂ ਲਾਲ ਮਿਰਚਾਂ ਨੇ ਅੱਖਾਂ ਚ ਕੋਈ ਪਾ ਦਿੰਦਾ, ਉਹ ਇੱਦਾਂ ਦਾ ਸੀ। ਫਿਰ ਅਸੀਂ ਉਹਨੂੰ ਫੜ ਕੇ ਅਸੀਂ ਨਹੀਂ ਉਹਨੂੰ ਛੱਡਿਆ, ਇੱਥੇ ਨਜਾਇਜ਼ ਧੰਦਾ ਚੱਲਦਾ, ਇਤਰਾਜਯੋਗ ਸਮੱਗਰੀ ਵੀ ਆ, ਇੱਥੇ ਲੇਡੀ ਚੌਂਟੀਆਂ ਆ, ਇੱਥੇ ਸਾਰਾ ਕੁਝ ਚੱਲਦਾ, ਤੁਹਾਨੂੰ ਵੀ ਮੀਡੀਆ ਨੂੰ ਪਹਿਲਾਂ ਵੀ ਪਤਾ ਆ, ਇਹ ਤੇ ਕਹਿਣ ਦੀ ਲੋੜ ਨਹੀਂ ਹੈਗੀ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਜੋ ਕੁਛ ਇੱਥੇ ਚੱਲਦਾ। ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ, ਜੇ ਦੁਕਾਨ ਨੂੰ ਸੀਲ ਨਾ ਕੀਤਾ ਤੇ ਆ 4 ਵਾਰਡਾਂ ਇੱਥੇ ਧਰਨਾ ਥਾਣੇ ਦੇ ਅੱਗੇ ਦੇਣਗੀਆਂ। ਸੋ ਸਾਨੂੰ ਮਾਨ ਸਾਹਿਬ ਦਾ ਪੁਲਿਸ ਪ੍ਰਸ਼ਾਸਨ ਆਇਆ, ਪਹਿਲਾਂ ਵੀ 2-3 ਵਾਰ ਇੱਥੇ ਘਟਨਾਵਾਂ ਇੱਧਰ ਦੀਆਂ ਹੋ ਸਕੀਆਂ, ਕੀ ਲੱਗਦਾ ਪੁਲਿਸ ਪ੍ਰਸ਼ਾਸਨ ਕਿਉਂ ਕਾਰਵਾਈ ਨਹੀਂ ਕਰਦਾ? ਪੁਲਿਸ ਵਾਲੇ ਲੜੇ ਆਪ ਆਉਂਦੇ ਇੱਥੇ ਅੰਦਰ ਦੇਖੋ, ਪੁਲਿਸ ਵਾਲੇ ਵੀ ਆਉਂਦੇ, ਪੁਲਿਸ ਵਾਲੇ ਆਉਂਦੇ ਇੱਥੇ ਆਉਂਦੇ, ਪਹਿਲਾਂ ਬਰਾਮਦੀ ਕੀਤੀ ਪੁਲਿਸ ਵਾਲਿਆਂ ਨੂੰ, ਨਹੀਂ ਪਤਾ ਇੱਥੇ ਸਾਰਿਆਂ ਨੂੰ ਪਤਾ ਆ। ਪਰ ਸਾਨੂੰ ਮਾਨ ਸਾਡੇ ਮੰਤਰੀ ਮਾਨਯੋਗ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਦੇ ਵੀ ਅੱਜ ਤੋਂ ਬਾਅਦ ਇੱਥੇ ਨੱਥ ਪਾਉਣਗੇ,
ਜੇ ਨਾ ਪਾਈ ਕਿੰਨਾ ਟਾਈਮ ਹੋ ਗਿਆ ਅਟੈਕ ਹੋਏ ਨੂੰ? ਅਟੈਕ ਹੋਏ ਨੂੰ ਸਾਨੂੰ ਪੌਣਾ ਘੰਟਾ ਹੋ ਗਿਆ ਜੀ। ਪੁਲਿਸ ਆਈ? ਪੁਲਿਸ ਆਈ 20-25 ਮਿੰਟ ਦੇ ਬਾਅਦ, ਉਹ ਵੀ ਡੀ ਐਸ ਪੀ ਅਜਨਾਲ ਵਾਲਾ ਨੂੰ ਫੋਨ ਕਰਤੇ, ਧੰਨਵਾਦ ਹੈ ਉਹਨਾਂ ਦਾ ਜਿੰਨਾ ਭੇਜਿਆ। ਬਸ ਉਦੋਂ ਤੱਕ ਸਾਡਾ ਸਾਰਾ ਮੁੱਲਾ ਮਤਲਬ ਸਾਡਾ ਇੱਥੋਂ ਦੋ ਕੁੜੀਆਂ ਇੱਕ ਮੁੰਡੇ ਅਰੈਸਟ ਕੀਤਾ ਗਿਆ। ਆਹ ਬਰਫ ਜੇ ਤੁਹਾਨੂੰ ਦੱਸ ਨਹੀਂ ਸਕਦੇ, ਜੋ ਸਾਡੇ ਆਹ ਸਰੀਰ ਦੇ ਹਾਲਾਤ ਹੋ ਰਹੇ ਆ ਤੁਹਾਨੂੰ ਦੱਸ ਨਹੀਂ ਸਕਦੇ ਵੀ ਸਾਨੂੰ ਸਾਡੇ ਮਾਮਲਾ ਹੈ ਜਿਹੜੇ ਕੁਛ ਲੋਕਾਂ ਨੂੰ ਹਿਰਾਸਤ ਵੀ ਲਿਆ। ਸ਼ਿਵਦੀਪ ਸਿੰਘ ਨਾਂ ਦੇ ਵਿਅਕਤੀ ਨੇ ਅਜਨਾਲਾ ਕਸਬੇ ਦੇ ਰਹਿਣ ਵਾਲੇ ਫਤਿਹਗੜ੍ਹ ਚੂੜੀਆਂ ਰੋਡ ਦੇ, ਉਹਨਾਂ ਦਾ ਫੋਨ ਆਇਆ ਵੀ ਇੱਥੇ ਕੋਈ ਝਗੜਾ ਵਗੈਰਾ ਹੋਇਆ, ਕੁਛ ਬੰਦੇ ਹਿਰਾਸਤ 'ਚ ਲੈ ਆ, ਜੋ ਵੀ ਤੱਥ ਹੋਣਗੇ ਜਾਣ ਤੋਂ ਬਾਅਦ ਤੁਹਾਨੂੰ ਦੱਸ ਦਿੱਤੇ ਜਾਣਗੇ, ਬਣਦੀ ਲੀਗਲ ਕਾਰਵਾਈ ਅਮਲ 'ਚ।